ਉੱਥੇ ਸ਼ਾਂਤੀ ਦੇ ਨਾਲ ਆਰਾਮ ਨਾਲ ਬੈਠ ਕੇ ਸੁਣ ਦੇ ਕਿਰਪਾਲਤਾ ਕਰੋ। ਜੇ ਕਿਸੇ ਨੂੰ ਕੋਈ ਬਹੁਤੀ ਜ਼ਿਆਦਾ ਭੁੱਖ ਲੱਗੀ ਹੈ ਜਾਂ ਕੋਈ ਸਰੀਰਕ ਕਿਰਿਆ ਵਿੱਚ ਲਿਆਈ ਹੈ ਉਹਨੇ ਜਾਣਾ ਵੀ ਹੈ ਅਤੇ ਚੁੱਪ ਕਰਕੇ ਜਾਣ ਦੀ ਕੋਸ਼ਿਸ਼ ਕਰੇ। ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਵਿੱਚ ਆਪਾਂ ਰੌਲਾ ਪਾਉਂਦੇ ਸੋਭਦੇ ਨਹੀਂ, ਕਿਉਂਕਿ ਰਹਿਤਨਾਮੇ ਵਿੱਚ ਬਚਨ ਆਉਂਦੇ ਹਨ ਹਰ ਜਸ ਕਰਕੇ ਬਾਤ ਚਲਾਵਾ ਕਹਿ ਗੋਬਿੰਦ ਸਿੰਘ ਨਰਕ ਸੁਧਾਵਾ। ਇੰਨੀ ਸਜ਼ਾ ਮਿਲਦੀ ਹੈ ਹਜ਼ੂਰ ਦੀ ਹਜ਼ੂਰੀ ਵਿੱਚ ਕੋਈ ਵਿਚਾਰ ਗੁਰਮਤਿ ਦੀ ਚੱਲ ਰਹੀ ਹੋਵੇ। ਆਪਾਂ ਇਸ ਜਗ੍ਹਾ ਵਿੱਚ ਆ ਕੇ ਨਰਕ ਦੇ ਭਾਗੀ ਨਹੀਂ ਬਣਨਾ ਬਲਕਿ ਨਰਕ ਵਿੱਚੋਂ ਨਿਕਲਣਾ ਹੈ। ਸੋ ਅੱਜ ਦਾ ਜੋ ਇਕੱਠ ਹੈ ਫੈਡਰੇਸ਼ਨ ਵੱਲੋਂ ਜ਼ਿਲ੍ਹਾ ਪੱਧਰ 'ਤੇ ਬੜੇ ਪਿਆਰ ਦੇ ਨਾਲ ਤੁਸੀਂ ਸਬੂਤ ਦਿੱਤਾ ਹੈ। ਵਿਸ਼ੇਸ਼ ਤੌਰ 'ਤੇ ਨੌਜਵਾਨ ਵਰਗ ਇੱਥੇ ਪਹੁੰਚੇ ਹੋ, ਦਾਸ ਨੂੰ ਹੁਕਮ ਹੋਇਆ ਤੁਹਾਡੇ ਜੋੜੇ ਧਾਰਨ ਦਾ ਪ੍ਰਚਾਰ ਰੂਪ ਵਿੱਚ। ਦਾਸ ਤੋਂ ਪਹਿਲਾਂ ਬਹੁਤ ਸੋਝੇ ਹੋਏ ਸੱਜਣ ਭਾਈ ਦਲਵੀਰ ਸਿੰਘ ਜੀ ਅਤੇ ਭਾਈ ਦਵਿੰਦਰ ਸਿੰਘ ਜੀ ਦੁੱਗੋ ਸਾਹਿਬਾਨ ਅਤੇ ਉਹਨਾਂ ਤੋਂ ਪਹਿਲਾਂ ਕਵਿਤਾ ਦੇ ਰੂਪ ਵਿੱਚ ਲਾਲ ਸਿੰਘ ਜੀ ਪਾਂਧੀ, ਬਖਸ਼ੀਰ ਸਿੰਘ ਜੀ ਦਿਆਲਪੁਰੀ ਸਮੇਤ ਭਟੰਗੀਆਂ ਦੇ ਵਰਤਮਾਨ ਸਮੇਂ ਦੇ ਸੰਬੰਧ ਵਿੱਚ ਜਿਨ੍ਹਾਂ ਜਿਨ੍ਹਾਂ ਦੋਸਤਾਂ ਨੇ ਸਿੱਖਾਂ ਦਾ ਖੂਨ ਪੀਤਾ ਉਹਨਾਂ ਨੂੰ ਜਿਸ ਜਿਸ ਤਰੀਕੇ ਦੇ ਨਾਲ ਮੌਕੇ ਤੇ ਪਹੁੰਚ ਕੇ ਕਿਸੇ ਗੁਰੂ ਤੇ ਸੂਰਬੀਰ ਯੋਧਿਆਂ ਨੂੰ ਗੱਡੀ ਚੜਾਇਆ ਉਹ ਵਾਰਦਾਤ ਸਾਰੀ ਸਰਵਣ ਕੀਤੀ ਹੈ। ਆਪਾਂ ਹੁਣੇ ਇੱਥੇ ਵਿਚਾਰਾਂ ਸੁਣ ਰਹੇ ਸਾਂ ਆਨੰਦਪੁਰ ਦੇ ਮਤੇ ਦੇ ਸੰਬੰਧ ਵਿੱਚ। ਆਨੰਦਪੁਰ ਦਾ ਮਤਾ ਕੇਵਲ ਇਵੇਂ ਨਹੀਂ ਜਾਂ ਦੋ ਚਾਰ ਚੀਜ਼ਾਂ ਪਾਣੀ ਮੰਗ ਲਿਆ, ਬਿਜਲੀ ਮੰਗ ਲਈ, ਕਣਕ ਦਾ ਭਾਅ ਵਧਾ ਲਿਆ, ਸਰੋਂ ਅਤੇ ਕਿਸੇ ਪਾਸੇ ਲਾ ਲਿਆ, ਇੰਨਾ ਕੰਮ ਕੇਵਲ ਆਨੰਦਪੁਰ ਦੇ ਮਤੇ ਵਿੱਚ ਨਹੀਂ ਹੈ। ਭਾਈ ਸਾਹਿਬ ਨੇ ਬੋਲਦਿਆਂ ਕਿਹਾ ਸੀ ਕਿ ਆਨੰਦਪੁਰ ਦਾ ਮਤਾ ਇਹ ਦੱਸਦਾ ਹੈ ਕਿ ਆਪਾਂ ਜਿਤਨੇ ਇਕੱਠੇ ਹੋਏ ਹਾਂ ਆਨੰਦਪੁਰ ਦੇ ਖੇੜੀ ਉੱਪਰ ਜੋ ਸਤਿਗੁਰੂ ਜੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਉਹਨਾਂ ਵਿਚਾਰਾਂ ਦੇ ਆਪਾਂ ਧਾਰਨੀ ਬਣਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਨੂੰ ਪੈਦਾ ਕਰਨ ਵਾਸਤੇ ਕੀ ਕੁਝ ਕੀਤਾ ਤੇ ਬਹੁਤ ਲੰਮੇ ਸਮੇਂ ਦੀ ਲੋੜ ਹੈ। ਸਮਾਂ ਸੂਖਮ ਹੋਣ ਦੇ ਕਾਰਨ ਦਾ ਥੋੜ੍ਹਿਆਂ ਮਿੰਟਾਂ ਵਿੱਚ ਬੇਨਤੀ ਕਰਕੇ ਸਮਾਪਤ ਕਰੇਗਾ। ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਦੁਸ਼ਟ ਦਮਨ ਰੂਪ ਵਿੱਚ ਬਘੌਰ ਸਾਹਿਬ ਜੋ ਹਜ਼ੂਰ ਸਾਹਿਬ ਤੋਂ 60 ਮੀਲ ਦੀ ਦੂਰੀ ਤੇ ਹੈ ਉਸ ਜਗ੍ਹਾ ਵਿੱਚ 1 ਲੱਖ ਬੁੱਚੜਾਂ ਨੂੰ, ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਗਊਆਂ ਛਡਾਈਆਂ ਅਤੇ 11,000 ਵਾਲਾ ਰਾਜ ਕੀਤਾ। ਸੋ ਸਮਾਂ ਆਇਆ ਹੇਮਕੁੰਡ ਸਾਹਿਬ ਤੇ ਤਪੱਸਿਆ ਵਿੱਚ ਲਵਲੀਨ ਹੋਏ। ਸਾਰੇ ਹੀ ਦੇਵਤੇ ਅਤੇ ਪੀਰ ਜੀਵਾਂ ਨੂੰ ਸ਼ਾਂਤੀ ਦੇਣ ਵਾਸਤੇ ਮਹਾਂਪੁਰਖ ਵਿੱਚ ਅਵਤਾਰ ਧਾਰ ਕੇ ਆਏ, ਪਰ ਆਪਣੀ ਆਪਣੀ ਰੁਝਾਨਾਂ ਵਾਲੀ ਹਾਲਤ ਵਿੱਚ ਪਹੁੰਚ ਗਏ। ਉਸ ਵੇਲੇ ਅਕਾਲ ਪੁਰਖ ਪਰਮੇਸ਼ਰ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਇਆ। ਮੈਂ ਆਪਣਾ ਸਭ ਤੋਂ ਇਹ ਨਵਾਜ਼ਾ ਕਹਿ ਕੇ ਮਾਤ ਲੋਕ ਵਿੱਚ ਭੇਜਿਆ। ਸਤਿਗੁਰੂ ਜੀ ਨੇ ਕਿਹਾ ਕਿ ਸਾਡਾ ਚਿੱਤ ਨਹੀਂ ਸੀ ਕਰਦਾ ਆਉਣ ਨੂੰ, ਸਾਡੀ ਸੁਰਤ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਚੁੰਮ ਰਹੀ ਸੀ, ਲੱਗੀ ਹੋਈ ਸੀ। ਆਪਣਾ ਹੁਕਮ ਦੇ ਕੇ ਅਕਾਲ ਪੁਰਖ ਨੇ ਸਾਨੂੰ ਭੇਜਿਆ। ਹੁਕਮ ਵਿੱਚ ਇਹ ਕਿਹਾ ਕਿ ਕਿਸੇ ਦੀ ਕਾਜ ਨਹੀਂ ਰੱਖਣੀ, ਕਿਸੇ ਦਾ ਭੈ ਨਹੀਂ ਮੰਨਣਾ ਤੇ ਕਿਸੇ ਦੇ ਨਾਲ ਵੈਰ ਬਿਨਾਂ ਕਾਰਨ ਗ੍ਰਹਿਣ ਨਹੀਂ ਕਰਨਾ। ਕੀ ਕਰਨਾ ਹੈ? ਸੱਚ ਬੋਲਣਾ, ਧਰਮ ਤੇ ਜੀਵਾਂ ਨੂੰ ਚਲਾਉਣਾ, ਕੁਰੀਤੀਆਂ ਵੱਲੋਂ ਹਟਾਉਣਾ, ਨਸ਼ਿਆਂ ਤੋਂ ਦੂਰ ਕਰਨਾ, ਧਰਮ ਵਾਸਤੇ ਸ਼ਹਾਦਤਾਂ ਦੇਣ ਵਾਸਤੇ ਤਤਪਰ ਕਰਨਾ। ਕੇਵਲ ਸ਼ਹਾਦਤਾਂ ਹੀ ਨਹੀਂ ਦੇਣੀਆਂ, ਸ਼ਹਾਦਤਾਂ ਦੇ ਕੇ ਤੇ ਸ਼ਹੀਦੀਆਂ ਜਿਹੜੇ ਕਰਨ ਵਾਲੇ ਆ, ਭਾਵ ਜਿਹੜੇ ਕਾਤਲ ਹਨ, ਉਹਨਾਂ ਨੂੰ ਨਾਲ ਨਾਲ ਚਾਟਾ ਵੀ ਛਕਾਉਣਾ, ਦੰਦ ਵੀ ਦੇਣਾ। ਆਪਣੇ ਆਉਣ ਦਾ
कारण गुरु गोबिंद सिंह साहब सच्चे पातशाह जी दसा खालसा जी आप अपनी रोशना द्वारा अपने कलम द्वारा बचित्र नाटक पढ़ के देखो हमें एक आज जगत न आए धर्म हेत गुरुदेव पठाए धर्म चलावन संत उबारन दुख सुबन को मूल उपारन मूल ना मुड़द जड़ा तो पुटन वास्ते दोस्तों नहीं आए हैं यही काज करा हम जन्म समझ ले हो कौन साधु सब मनम साधु अखर वरते उथे उथे नहीं क्या समझ लो राजनीतो तुम भी ये नहीं क्या साधु अखर क्यों वरत्या क्योंकि श्रद्धा हमेशा संत महात्मा गुरसिखा नु रही है राजनीतिक नु गुरु ते बहुत घट श्रद्धा रही है सारे मन समझ लो कि असि अकाल पुरख का हुक्म मन के दोस्तों दरा पुटन वास्ते संत महात्मा नु बचाउन वास्ते उन्हें दी राखी करन वास्ते मजलूमा दे सहायक बन के असि आए हां सतगुरु गरीब नवाज सच्चे पातशाह जी ने श्री पटना साहब विखे अपना अवतार धारिया पटना साहब विखे अवतार धार के जंग शुरू कर दिता पहला तो एकता का सबूत दिता एकता के सबूत वेले उम्र किन्नी सी केवल एक महीने की जिस वे भीखण शाह ने प्रोग्राम कढ़ावा पसदा कह लें पटियाले जिले च है जिथे रामचंद्र के नानके हर कशलिया के पेके है उस जगह खड़ो के उन्हें पटना साहब वाल चेहरा करके सजदा किया नाल दे मरीजा ने पूछा पीर जी की हो गया ये अज चढ़ते वालू की कारण है कहते जो दम कसी करके मैं परलोक अथवा दसवें द्वार द्वारा देखता सो पीर अज पटना साहब इतने प्रगट हो गया इस वास्ते सजदा उदम किया सतगुरु गरीब नवाज सच्चे पातशाह जी परखण वास्ते दो कुजियां दो मगे कह लिए दो बर्तन कह लिए तो लैके भीखण शाह खालसा जी पटना साहब पहुंचे मामा करपाल चंद जी जो गुरु साहब जी के मामा जी सन उन्होंने मिले सारी गल दसी ते मैं गुरु तेग बहादुर साहब सच्चे पातशाह जी के नाल के दर्शन करने हैं माता जी के पास बेनती की गई बेनती करने को माता जी ने ख्याल किया कि मुसलमानों का राज है पीर शैन किते कोई ऐसी गल ना करे माता जी ने संकोच की गुरु गोबिंद सिंह साहब जी को बाहर मामा करपाल चंद जी गोल च देकर बाहर घर को लिया वास्ते फिर भीखण शाह ने बहुता जोर दिता मामा कृपाल चंद जी ने अपनी भैन जी नू गुरु साहब जी की माता जी नू जाके बेनती की अपने गोद विच लैके मामा कृपाल चंद जी चौधरी प्रीत नू लैके आए तो भीखण शाह बोलिया ने गुप्त वचन है गुप्त विचार चल रही है दोवे पुजिया अगे कर दतिया गुरु साहबान दे मन च संकल्प किया कि जे तो सच्चे पातशाह जी एक पक्षी होए एक कौम की केवल राखी करने वाले होए एक घड़े विच होए फिर तो एक कुजी ते हथ रखे कि जे समूह ने रख को तो दोहां ते रखे इस वास्ते गुरु साहब ने चौपाई साहब कह दिता घट घट के अंतर की जानक भले बुरे की तीर्थ शांत घट घट के अंतर जामी ऐसे सतगुरु जी हैं दोहां कुजियां ते एक महीने की उम्र इतिहास पढ़ लो एक महीने की उम्र अपनिया बारह लंबिया करके दोहां कुजियां ते रख रखिया भीखण शाह ने नमस्कार किए कि आप सब दे रख को ते जुर्म दे नास्त हो ये कह के खालसा जी वापस आए औने एक पांच साल की उम्र गलेले मार के घड़े भन दिते घड़े भनण तो पिछों गागरां लोहेरियां बना लिया बीबिया ने तीर मार के उन्हां च ही छेक कर दिते कले छेक नहीं किते छेक करके बचाया भी है एक गागर च तीर मारिया पानी विच हनेरे दे कारण दस्या नहीं पानी भरन वाले नूं एक सप छोटा जिहा
ਉਹ ਗਾਗਰ ਵਿੱਚ ਸੀ ਤੀਰ ਮਾਰ ਕੇ ਨਾਲ ਤਾਂ ਗਾਗਰ ਬਣ ਦਿੱਤੀ ਨਾਲ ਉਹ ਸੱਪ ਨੂੰ ਪ੍ਰਲੋਕ ਨੂੰ ਭੇਜਿਆ ਬੀਬੀਆਂ ਨੇ ਇਕੱਠੀਆਂ ਹੋ ਕੇ ਮਾਤਾ ਜੀ ਨੂੰ ਬੇਨਤੀ ਕੀਤੀ ਮਾਤਾ ਜੀ ਆਪ ਜੀ ਲਾਲ ਨੂੰ ਹਟਾਓ ਪਹਿਲਾਂ ਘਰੇ ਭਾਂਦੇ ਸੀ ਗਾਗਰਾ ਬਣਾ ਜਾਓ ਭੰਨ ਦਿੱਤੀਆਂ ਮਾਤਾ ਜੀ ਨੇ ਪੁੱਛਿਆ ਲਾਲ ਜੀ ਕੀ ਕੀਤਾ ਕਹਿਣ ਲੱਗੇ ਮਾਤਾ ਜੀ ਅਸੀਂ ਤਾਂ ਭਲਾ ਕੀਤਾ ਜੇ ਤੇਰਾ ਭਲਾ ਕਰੀ ਉਹ ਬੁਰਾ ਮੰਨਦਾ ਇਹ ਕੀ ਭਲਾ ਗਾਗਰ ਭੰਨ ਦਿੱਤੀ ਮਹਾਰਾਜ ਚੜ ਕੇ ਗਾਗਰ ਦਾ ਪਾਣੀ ਡੋਲ ਜੋ ਪਾਣੀ ਡੋਲਿਆ ਤੇ ਵਿੱਚੋਂ ਸੱਪ ਨਿਕਲਿਆ ਮਰਿਆ ਹੋਇਆ ਮਹਾਰਾਜ ਕਹਿੰਦੇ ਮਾਤਾ ਜੀ ਦੇ ਪਾਣੀ ਜਿੰਨੇ ਪਰਿਵਾਰ ਦੇ ਜੀ ਪੈਂਦੇ ਕੋਈ ਬਚਦਾ ਨਮਸਕਾਰ ਕੀਤੀ ਸਾਰਿਆਂ ਨੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਿਸੂਸ ਮਨੂ ਕਿੱਥੇ ਨੂੰ ਅੱਗੇ ਕਰ ਲਵਾਂ ਉੱਥੋਂ ਚੌਧਰੀ ਪ੍ਰੀਤਮ ਜੀ ਪੰਜਾਬ ਨੂੰ ਆਏ ਕਾਂਸੀ ਪਹੁੰਚੇ ਗੰਗਾ ਨੇ ਗਊ ਦਾ ਰੂਪ ਧਾਰ ਕੇ ਮਾਤਾ ਜੀ ਦਾ ਇਸ਼ਨਾਨ ਕਰਵਾਇਆ ਰਾਸਤਾ ਤੈਅ ਕਰਕੇ ਆਨੰਦਪੁਰ ਆਏ ਕਸ਼ਮੀਰ ਦੇ ਪਿੰਡ ਪਾਏ ਮੂੰਹ ਝਕਾ ਲਿਆ ਛਾਤੀ ਚ ਠੰਡੇ ਹੋ ਕੇ ਬੁੱਲਾ ਤੇ ਸਿਕਰੀ ਹੈ ਟੁੱਟੇ ਛਿੱਤਰ ਤੇ ਫਟੇ ਹੋਏ ਵਸਤਰ ਪਾਏ ਆ ਚਿਹਰੇ ਜਰਦ ਹੋਏ ਹੋਏ ਹਨ ਜਿਵੇਂ ਹੁਣ ਦੀਵਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸਜਿਆ ਹੋਇਆ ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਦੀਵਾਨ ਸਜਿਆ ਹੈ ਕਸ਼ਮੀਰੀ ਪੰਡਤਾਂ ਨੇ ਐਸੀ ਹਾਲਤ ਵਿੱਚ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੁੱਛਿਆ ਪਿਤਾ ਜੀ ਕੌਣ ਹੈ ਮਜ਼ਲੂਮ ਲੋਕ ਉਸ ਵੇਲੇ ਕਿਹਾ ਲਾਲ ਜੀ ਇਹ ਕਸ਼ਮੀਰ ਦੇ ਪੰਡਤ ਹਨ ਦੁਖੀ ਹਨ ਕੀ ਦੁੱਖ ਹੈ ਜੀ ਇਹਨਾਂ ਨੂੰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗੇ ਲਾਲ ਜੀ ਇਹਨਾਂ ਦਾ ਧਰਮ ਨਿਰੰਗਾ ਨਾਸ਼ ਕਰ ਰਿਹਾ ਹੈ ਇਹਨਾਂ ਦੇ ਧਰਮ ਦੀ ਰਾਖੀ ਵਾਸਤੇ ਕਿਸੇ ਮਹਾਂਪੁਰਖ ਦੇ ਸੀਸ ਦੀ ਲੋੜ ਹੈ ਕੌਣ ਹੈ ਦੁਨੀਆਂ 'ਚ ਐਸਾ ਪੀਰ ਕਿਹੜਾ ਕਿਸੇ ਪੀਰ ਦਾ ਪੁੱਤਰ ਹੈ ਜਿਹੜਾ ਉੱਠ ਕੇ ਆਪਣੇ ਪਿਓ ਨੂੰ ਕਹਿ ਪਿਤਾ ਜੀ ਤੁਹਾਡੇ ਨਾਲ ਕੌਣ ਵੱਡਾ ਹੈ ਹੱਥ ਸਿਰ ਦੇਵੋ ਜੋ ਪਹਿਲੇ ਸਰੂਪਾਂ ਵਿੱਚ ਬਚਨ ਕਹੇ ਹਨ ਜੋ ਸਰਨ ਵਾਲਾ ਤੁਸੀਂ ਕੰਠ ਲਾਇਆ ਇਹ ਬਿਰਧ ਸਵਾਮੀ ਸੰਧਾ ਇਹ ਪੂਰਿਆ ਕਰੋ ਉਸ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਛਾਤੀ ਨਾਲ ਆਇਆ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਹਾਡੀ ਧਰਮ ਦੀ ਤੁਹਾਡੇ ਧਾਰਮਿਕ ਚਿੰਨ੍ਹ ਜਿਵੇਂ ਉਹ ਟੋਪੀ ਤੇ ਧੋਤੀ ਦੀ ਰਾਖੀ ਅਸੀਂ ਕਰਾਂਗੇ ਭਾਵੇਂ ਪਹਿਲੇ ਸਰੂਪ ਵਿੱਚ ਝੂਠੇ ਜਮੀਨ ਦਾ ਖੰਡਨ ਕੀਤਾ ਹੈ ਪਰ ਕਿਸੇ ਦੇ ਧਰਮ ਤੇ ਹੱਲਾ ਨਹੀਂ ਸਤਿਗੁਰੂ ਨੇ ਸਰਨਾਂ ਨੂੰ ਮਜ਼ਲੂਮ ਜਾਣ ਕੇ ਖਾਲਸਾ ਦੀ ਰੱਖਿਆ ਕੀਤੀ ਕਸ਼ਮੀਰੀ ਪੰਡਤ ਜਿਵੇਂ ਸ਼ੇਰ ਦੇ ਮੂੰਹ ਚੋਂ ਕੋਈ ਬਚ ਜਾਵੇ ਅੱਗ ਚੋਂ ਨਿਕਲ ਜਾਵੇ ਕਾਂ ਦੇ ਮੂੰਹ ਚੋਂ ਬਚ ਜਾਵੇ ਮਰੇ ਨੂੰ ਅੰਮ੍ਰਿਤ ਮਿਲ ਜਾਵੇ ਜਿਉਂਦਾ ਹੋ ਜਾਵੇ ਪਿਆਸੇ ਨੂੰ ਪਾਣੀ ਮਿਲੇ ਇੰਨੇ ਖੁਸ਼ ਹੋਏ ਗਏ ਨਰੰਗੇ ਕੋਲ ਨਰੰਗੇ ਨੂੰ ਦੱਸਿਆ ਨਰੰਗੇ ਨੇ ਖੁਸ਼ੀ ਪ੍ਰਗਟ ਕੀਤੀ ਕਿ ਇੱਕ ਦੇ ਨਾਲ ਮੇਰਾ ਕੰਮ ਸੂਟਾ ਜਾਵੇਗਾ ਪਰ ਹੁਣ ਕੀ ਪਤਾ ਸੀਗੇ ਤਾਂ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਵਾਲੀ ਮੇਰੇ ਨਾਲ ਗੱਲ ਬਣਨੀ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਏ ਚੱਲੇ ਥਾਵਾਂ ਥਾਵਾਂ ਤੇ ਪਹੁੰਚ ਕੇ ਜੀਵਾਂ ਦੀ ਕਲਿਆਣ ਕਰਦੇ ਆਗਰੇ ਪਹੁੰਚੇ ਉੱਥੇ ਲਾਈ ਨੂੰ ਭੇਜਿਆ ਮਠਿਆਈ ਲਿਆਂਦੀ ਸੋ ਉੱਥੋਂ ਦੇ ਕੋਤਵਾਲ ਨੂੰ ਨਾਂ ਦੱਸਿਆ ਸਤਿਗੁਰੂ ਦੀ ਹਜ਼ੂਰੀ ਚ ਪਹੁੰਚ ਕੇ ਨਾਂ ਪੁੱਛਿਆ ਉਸ ਨੂੰ ਇਨਾਮ ਦੀ ਇੱਛਾ ਸੀ ਉਹਦੀ ਭਾਵਨਾ ਪੂਰੀ ਕੀਤੀ ਭਾਈ ਮਤੀ ਦਾਸ ਸਮੇਤ ਦਿੱਲੀ ਪਹੁੰਚੇ ਭੂਸਾਂ ਵਾਲੀ ਹਵੇਲੀ ਵਿੱਚ ਨਿਵਾਸ ਕੀਤਾ ਗਿਆ ਪ੍ਰੇਤ ਨੇ ਲਿਆ ਕੇ ਗੰਨੇ ਦਿੱਤੇ ਪਸ਼ੂ ਪ੍ਰੇਤ ਮੁਗਤ ਉਤਾਰੇ ਪਹਾੜ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਉਹ ਮੇਰੇ ਚੋਜੀ ਪ੍ਰੀਤ ਨੂੰ ਭੂਤਾਂ ਤੇ ਪ੍ਰੇਤਾਂ ਦਾ ਕੀ ਡਰ ਸੀ ਉਹ ਝੂਠੀ ਸਹੁੰ ਖਾ ਕੇ ਤੇ ਜ਼ਰੂਰੀ ਹੈ ਸੁਣਾਉਣਾ ਪ੍ਰੇਤ ਕਿਵੇਂ ਆਇਆ ਤੇ ਕੌਣ ਸੀ ਦੋ ਭਰਾ ਸਨ ਯਾਦ ਰੱਖ ਲਵਾਉਂਦੇ ਖਾਸ ਕਰਕੇ ਤੁਸੀਂ ਵੀ ਮੈਂ ਵੀ ਤੁਹਾਡੇ ਵਿੱਚ ਅੱਜ ਅਕਾਲ ਤਖ਼ਤ ਤੇ ਸਹੁੰ ਖਾ ਕੇ ਹਰਿਮੰਦਰ ਸਾਹਿਬ ਚ ਪਰਨ ਕਰਕੇ ਮੰਜੀ ਸਾਹਿਬ ਤੇ ਪਰਨ ਕਰਕੇ ਝੂਠੀਆਂ ਸਹੁੰ ਖਾਣ ਦਾ ਜਿਹੜਾ ਧੋਈਆ ਲੋਕਾਂ ਨੇ ਕਰ ਲਿਆ ਮਾਤਾ ਖਿਆਲ ਕਰੋ ਬੈਕੁੰਠ ਸਾਖੰਡ ਜਾਵਾਂਗੇ ਇੱਕ ਸਹੁੰ ਖਾਧੀ ਇੱਕ ਕੀ ਦੋ ਭਰਾਵਾਂ ਨੇ ਹਵੇਲੀ ਬਣਾਈ ਵੱਡਾ ਤਕੜਾ ਸੀ ਸਰੀਰਕ ਤੌਰ ਤੇ ਛੋਟਾ ਕਮਜ਼ੋਰ ਸੀ ਛੋਟੇ ਨੇ ਪੰਚਾਇਤ ਇਕੱਠੀ ਕੀਤੀ ਤੇ ਹਵੇਲੀ ਤੁਸੀਂ ਦੋਹਾਂ ਭਰਾਵਾਂ ਨੇ ਪੈਸੇ ਲਾਏ ਹੈ ਜਦੋਂ ਪੰਚਾਇਤ ਇਕੱਠੀ ਹੋਈ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਉੱਥੇ ਜਦੋਂ ਪੰਚਾਇਤ ਇਕੱਠੀ ਹੋਈ ਤਾਂ ਵੱਡੇ ਨੂੰ ਪੁੱਛਿਆ ਭਾਈ ਹਵੇਲੀ ਤੇ ਪੈਸੇ ਤੂੰ ਲਾਏ ਪੰਚਾਇਤ ਦਾ ਨਾਂ ਲੈ ਕੇ ਸਹੁੰ ਖਾ ਗਿਆ ਕਹਿੰਦਾ ਮੈਂ ਲਾਏ ਪੈਸੇ ਦੋਹਾਂ ਨੇ ਇਕੱਠੇ ਸੀ ਜਦੋਂ ਪੰਚਾਇਤ ਵਿੱਚ ਸਹੁੰ ਖਾਧੀ ਪੰਚਾਇਤ ਨੇ ਫੈਸਲਾ ਵੱਡੇ ਦੇ ਹੱਥ ਚ ਕਰ ਦਿੱਤਾ ਜਿਵੇਂ ਅੱਜ ਕੱਲ੍ਹ ਵੀ ਇਹਨੇ ਕਈ ਘਰਾਂ ਨੂੰ ਦੱਸੂਗਾ ਤਾਂ ਕੀ ਹੋ ਰਿਹਾ ਹੈ ਖਾਲਸਾ ਦੀ ਜਦੋਂ ਫੈਸਲਾ ਹੋ ਗਿਆ ਤਾਂ ਜਿਹਦੀ ਬਾਲਤ ਸਹੁੰ ਖਾਧੀ ਸੀ ਮਨ ਦੀ ਇੱਛਾ ਵੀ ਉਧਰੇ ਰਹਿਣੀ ਸੀ ਮਰਨ ਲੱਗਾ ਤੇ ਮੰਦਰ ਚ ਨਿਗਾਰੇ ਗਈ ਪ੍ਰੇਤ ਬਣ ਗਿਆ
मैं नहीं कह रहा गुरबाणी पर जो अखंड पाठियों को पता है अंत काल जो लक्ष्मी सिमर ऐसी चिंता में जे मर सर पजोन वालो वालो कर हरी बाई गोविंद नाम मत बीसर अंत काल जो स्त्री सिमर ऐसी चिंता में जे मर रेसवा जोन वालो वालो कर अंत काल जो लड़के सिमर ऐसी चिंता में जे मर सूकर जोन वालो वालो कर अंत काल जो मंदिर सिमर ऐसी चिंता में जे मर प्रेत जोन वालो वालो कर अंत काल जो नारायण सिमर ऐसी चिंता में जे मर पीतंबर वहां के रुदे बस ये भगतों की बाणी है। मंदिर चार प्रेत बनिया प्रेत की जूनी बड़ी नाजुक होंगी है सवा मन पक्का खून नित पीवे ते रजद ते जिहदे नाल बीबियां कपड़े सीकदियां सिउंदियां सुई ओहदे नक्के विच वी जिहदे विच आपां पागां परोने आ इन्ना मूंह हुंदा प्रेत दा ते पानी दे लागे जा नहीं सकदा सारी जिंदगी भुखे दी ते पलीत होए दी लंघदी है। ते प्रेत बनदा कौन एक शराब पीण वाला गुरु तो बेमुख झूठ बोलन वाला जिहड़ा नाम नहीं जपदा बाणी च लिखिया काल मह प्रेत जिन्हें राम ने पछाता सतयुग परमहंस विचारी द्वापर त्रेता मान सवरता विरला हमें मारी। सो खालसा जी ने गन्ने लियांदे भाई मतीदास ने चूपे शक्ति प्राप्त कोई गुरु अगे बेनती की गुरु ने कहा भाई मतीदास साडे कोल ताकत नहीं जी आप तो समुंदर हो मेरे को चंद बूंदा हम महाराज कहणगे जे असीं समुंदर बर्दाश्त करी बैठे तू चंद बूंदा क्यों जरक रखदा भाणे विच रहो तू क्यों क्यों मैं दिल्ली ते लाहौर दी इच खड़का देंगा। ये गल सुनी दूत ने जिन्हें हुण भी अपने च भी कई गुस्सा ना मेरा करो अपने च भी कई बैठे है जिन्होंने जाके लूटियां लाउणियां बेशक खड़क के दरवाजे लायो। खालसा जी दूत ने जाके नरंगे नूं दस्सिया कहे बादशाह तू गुरु नूं मुसलमान बनाउण नूं कहिंदे तैथों गुरु का सिख भी मुसलमान नहीं बनेगा। उस वेले ईरखा दी आग च सड़े होए नूं बुला लिया मतीदास नूं कचहरे च खड़ा करके कहण लगा मतीदास तू ये गल कही है कि मैं दिल्ली ते लाहौर दी इक खड़का देंगा जे हुण वर्गा हुंदा ते जरूर ही झूठ बोल दिंदा। कहिंदा जी मैं तैनूं क्या कुर्सी दे दे मतीदास ने की किया मतीदास कहण लगा केरी पहला क्या सी हुण तेरे मुंह ते भी कहिंदे जिन्ने कच्छ कहिंदा उत्थे भी कहांगा मैं गुरु तेग बहादुर साहब का सिख हां जिहड़ी गल जबान चो निकल गई ओहदी बाबत सिर ला लेंगा वो बचन वापस नहीं लवांगा। कहा तू दस की चाहना लालच देने शुरू किए लालच सतगुरु अगे अरदास करिए बचावे सानू सारिआं नूं सतगुरु सच्चे पातशाह दे प्यारे नूं लालच देना शुरू किए लालच की दिता एक नौजवान लड़की नरंगे ने अपनी शिंगार के लिया के अगे खड़ी कर दिती ते मतीदास तू एक मेरा मुंह तो कह दे कि मैं गुरु तेग बहादुर साहब का सिख नहीं हां दाड़ा कटा दे जरा तंबाकू चाबला कुछ शराब दी पी ले आ मेरी लड़की है हुणे तेरे ने व्याह निकाह कर दें तू नवाब बना देंगा धन गुरु के सिखा धन नमस्कार है तेन करोड़ा मेरा नहीं सवा सवास और गुरु के सूरवीर जोधे ने उस वे नरंगे नु कहा नरंगिया तू दिल्ली दे तख्त दा मालक है तेरे कोल शक्ति है दरबारी मैं उस गुरु का सिख हां जिस गुरु के फुरने नाल तेरे वर्गे पदमा पैदा होकर खिमा प्रदेश की नाश कर दे रहे तू कौन है मैनू भरमाण वाला तेरी लड़की की लड़की के रिश्ते तेरी लड़की के लालच न जुत्ती की नोक ना थका हाँ तेन अपनी घर में ला जा मैं सी प्यारा चला लाऊंगा अपना धर्म नहीं छड़ांगा। भाई मतीदास नूं कहा गया कि जा एक मेरा गुरु कोले जाया सवेरे आके गल करांगे तेरे नाल गुरु कोले गुरु का सूरवीर जोड़ा गया जाके नमस्कार कीती गुरदेव जी नूं महाराज ने पूछा सुना मतीदास की हाल है सच्चे पातशाह चढ़दी कला परचा बड़ा तगड़ा है मैं 99 नंबर नहीं लेना चाहुंदा 100 बटा 100 चाहुंदा हां
ਪਰਚਾ ਕੀ ਆ ਸਿੱਖਾ ਸੱਚੇ ਪਾਤਸ਼ਾਹ ਸਵੇਰੇ ਆ ਰਹੇ ਨੇ ਔਰ ਤੀਰਿਆ ਜਾਣਾ। ਕਿਰਪਾ ਕਰਿਓ ਮਹਾਰਾਜ ਕਹੇ ਪਾਜਮਤੀ ਧੰਨ ਸੱਚੇ ਪਾਤਸ਼ਾਹ। ਮਹਾਰਾਜ ਕਹੇ ਪਾਜਮਤੀ ਦਾਸ ਤੂੰ ਜਪਜੀ ਸਾਹਿਬ ਦਾ ਮੁਖਨੇਮੀ ਹੈ, ਜਪਜੀ ਸਾਹਿਬ ਦਾ ਪਾਠ ਕਰੀ, ਗੁਰੂ ਨਾਨਕ ਦੇਵ ਜੀ ਤੇਰੀ ਰੱਖਿਆ ਕਰਨਗੇ, ਆਪ ਨੀ ਕਹੇ ਮੈਂ ਅਸੀਂ ਕਰਾਂਗੇ। ਕਿੰਨੀ ਨਿਮਰਤਾ ਹੈ ਭਾਈ ਭਾਈ ਨੇ ਬੋਲ ਕੇ ਵੈਸੇ ਨਿਮਰਤਾ ਰੱਖਣੀ ਚਾਹੀਦੀ ਹੈ। ਆਪ ਗੁਰੂ ਹੋਵੇ, ਆਪ ਮਾਲਕ ਹੋਵੇ, ਜੋ ਤੂੰ ਆ ਜੁਗਤ ਸਾਹਸਾ ਕਾਇਆ ਫਿਰ ਪ੍ਰਤੀਆ ਸਰੂਪ ਹੋਵੇ, ਇਹ ਨੀ ਕਿ ਅਸੀਂ ਰਾਖੀ ਕਰਾਂਗੇ। ਜਪਜੀ ਸਾਹਿਬ ਦਾ ਪਾਠ ਕਰੀ, ਗੁਰੂ ਨਾਨਕ ਦੇਵ ਜੀ ਤੇਰੀ ਰਾਖੀ ਕਰਨਗੇ, ਤੈਨੂੰ ਦੁੱਖ ਨੀ ਲੱਗੇਗਾ। ਮਤੀ ਦਾਸ ਨੇ ਜੋ ਬਚਨ ਕਹੋ ਗੁਰ ਪੂਰੇ, ਸੋ ਸ਼ੀਕ ਗਾਂਥਰੀ ਵਾਧਾ, ਉਹਦੇ ਮੁਤਾਬਕ ਹਿਰਦੇ ਰੂਪੀ ਪੱਲੇ ਚ ਪ੍ਰੀਤ ਰੂਪੀ ਗੰਢ ਦੇ ਕੇ ਭਾਵਨਾ ਰੂਪੀ ਹੱਥਾਂ ਨਾਲ ਕੱਸ ਕੇ ਬਚਨ ਬੰਨ ਲਿਆ, ਅੰਮ੍ਰਿਤ ਵੇਲਾ ਹੋਇਆ। ਮਤੀ ਦਾਸ ਪਹੁੰਚਿਆ ਹੈ ਚਾਂਦਨੀ ਚੌਂਕ ਵਿੱਚ, ਉੱਥੇ ਫਿਰ ਪੁੱਛਿਆ ਮਰੰਗੇ ਨੇ, ਤਾਂ ਭਾਈ ਮਤੀ ਦਾਸ ਨੇ ਕਿਹਾ ਸੀ ਮੈਨੂੰ ਆਰਾ ਪਿਆਰਾ ਲੰਗਤ ਹੈ, ਤੁਸੀਂ ਕਾਰਾ ਕਰੋ ਬਣਾਏ, ਫਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਰਕ ਨਾ ਜਾਏ। ਇਹ ਬਚਨ ਭਾਈ ਮਤੀ ਦਾਸ ਨੇ ਕਹੇ, ਖਾਲਸਾ ਜੀ ਸੀਸ ਲੱਗ ਗਿਆ, ਭਾਈ ਜਿਆਲਾ ਜੀ ਉਬਾਲੇ ਗਏ, ਭਾਈ ਸਤੀ ਰਾਮ ਜੀ ਨੂੰ ਊਈ ਲਪੇਟ ਕੇ ਸਾਰਿਆ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਚਾਰਾਂ ਹੋਈਆਂ, ਨਰੰਗਾ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਸੀ, ਸਵਾ ਮਨ ਪੱਕੀਆਂ ਮਿਰਚਾਂ ਕਾਲੀਆਂ ਸਾੜ ਕੇ ਕੱਪੜੀ ਛਾਣ ਕੀਤੀਆਂ, ਤਿੰਨ ਸਾਫ਼ ਨਿਕਲੀਆਂ, ਉਹ ਦਰਸਤਾਂਤ ਦਿੱਤਾ ਕਿ ਤਿੰਨ ਬਣਨਗੇ, ਖਾਲਸਾ ਸਾਡਾ ਜੇ ਪੈਦਾ ਹੋਵੇਗਾ। ਸਤਿਗੁਰੂ ਜੋਤੀ ਜੋ ਸਮਾਏ, ਚੌਜੀ ਪ੍ਰੀਤਮ ਕੋਲੇ ਸੁਨੇਹਾ ਪਹੁੰਚਿਆ ਕਿ ਅੱਜ ਦਿੱਲੀ ਚ 1400 ਘਰ ਵਿੱਚੋਂ ਕਿਸੇ ਨੇ ਉੱਠ ਕੇ ਜੁਰਤ ਨੀ ਕੀਤੀ, ਦਿਉਂਦੀ ਪਿੱਟੀ ਗਈ, ਤੇ ਜੇ ਕੋਈ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹੈ ਤੇ ਉੱਠ ਕੇ ਗੁਰੂ ਕੇ ਘਰ ਦਾ ਸਤਿਕਾਰ ਕਰੇ। ਪਰ ਲੱਖੀ ਸ਼ਾਹ ਨੇ ਬਹਾਨੇ ਦੇ ਨਾਲ ਗੁਰੂ ਸਾਹਿਬ ਦਾ ਘਰ ਵੀ ਜਾ ਕੇ ਅਰਕਾਮਗੰਜ ਵਾਲੇ ਥਾਂ ਤੇ ਆਪਣੇ ਘਰ ਵਿੱਚ ਰੱਖ ਕੇ ਕੰਡਾ ਲਾ ਕੇ ਸੋ ਸਮੇਤ ਕਰਦੇ ਸਤਿਕਾਰ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਭਾਈ ਜੈਤਾ ਜੀ ਪਹੁੰਚੇ, ਜਿਨ੍ਹਾਂ ਦਾ ਨਾਮ ਅਮਰ ਛੱਕ ਕੇ ਜੀਵਨ ਸਿੰਘ ਬਣਿਆ, ਚੌਧਰੀ ਪ੍ਰੀਤ ਨੇ ਰੰਗੇਟੇ ਗੁਰੂ ਕੇ ਬੇਟੇ ਕਹਿ ਕੇ ਛਾਤੀ ਨਾਲ ਆਇਆ, ਹੋ ਕੀ ਰਿਹਾ ਹੁਣ ਅਨੰਦਪੁਰ, ਸੀਸ ਪਹੁੰਚ ਗਿਆ, ਸੰਗਤਾਂ ਜੀ ਤੂੰ ਬਹੁਤ ਜ਼ਿਆਦਾ ਇਕੱਠੀਆਂ, ਸੀਸ ਪਿਤਾ ਦਾ ਪੁੱਤਰ ਦੀ ਝੋਲੀ ਵਿੱਚ ਹੈ, ਅੰਗੀਠਾ ਬਣਿਆ ਹੋਇਆ ਹੈ, ਸੀਸ ਅੰਗੀਠੇ ਤੇ ਰੱਖ ਦਿੱਤਾ, ਅਰਦਾਸ ਅਕਾਲ ਪੁਰਖ ਅੱਗੇ ਕਰਕੇ ਪਿਤਾ ਗੁਰੂ ਦੇ ਸੀਸ ਨੂੰ ਪੁੱਤਰ ਗੁਰੂ ਨੇ ਚੰਗਾ ਲਾ ਦਿੱਤਾ। ਇੱਕੋ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ ਦੁਨੀਆਂ ਦੇ ਵਿੱਚ, ਜਿਨ੍ਹਾਂ ਦੇ ਆਪਣਾ ਸਰੀਰ ਦਾ ਸੰਸਕਾਰ ਦੋ ਥਾਵਾਂ ਤੇ ਹੋਇਆ, ਨਹੀਂ ਤੇ ਕਿਸੇ ਰਹਿਬਰ ਤੇ ਕਿਸੇ ਮਨੁੱਖ ਦਾ ਸੰਸਕਾਰ ਦੋ ਥਾਵਾਂ ਤੇ ਕਦੇ ਨਹੀਂ ਹੋਇਆ, ਇੱਕੇ ਗੁਰੂ ਦਾ ਸੰਸਕਾਰ ਦੋ ਥਾਵਾਂ ਤੇ। ਪਰ ਧੰਨ ਸੱਚੇ ਪਾਤਸ਼ਾਹ ਜੀ ਕੀ ਕਹਿ ਰਹੇ ਆ, ਪਿਤਾ ਦਾ ਸੰਸਕਾਰ ਉਹਨਾਂ ਨੇ ਕੇ ਉਸ ਵੇਲੇ ਸਤਿਗੁਰੂ ਨੇ ਬਚਨ ਕੀਤਾ ਕਿ ਖਾਲਸਾ ਜੀ ਅੱਜ 1400 ਘਰ ਵਿੱਚੋਂ ਸਾਡੇ ਪਿਤਾ ਨੂੰ ਗੁਰੂ ਕਹਿਣ ਨੂੰ ਕੋਈ ਤਿਆਰ ਨਹੀਂ ਹੋਇਆ, ਗੁਰੂ ਸਿੱਖ ਕੋ ਹੋਣ ਨੂੰ ਕੋਈ ਤਿਆਰ ਨਹੀਂ ਹੋਇਆ, ਇੰਨੀ ਕੈਰਤਾ ਤੇ ਬੁਜਗਲੀ ਦਿਲਾਂ ਚ ਛਾ ਗਈ ਹੈ, ਹਕੂਮਤ ਦੇ ਥੱਲੇ ਕੰਮ ਲੱਗ ਗਈ ਹੈ, ਸਮਾਂ ਆਵੇਗਾ ਅਸੀਂ ਆਪਣੇ ਪਿਤਾ ਦਾ ਬਦਲਾ ਵੀ ਲਵਾਂਗੇ ਤੇ ਇਸ ਕੰਮ ਵਿੱਚ ਰੂਹ ਫੂਕਾਂਗੇ, ਦੱਸਣ ਦੀ ਲੋੜ ਨਹੀਂ ਪਵੇਗੀ, ਦਸਵੇਂ ਪਾਤਸ਼ਾਹ ਸਿੱਖ ਕਿਹੜਾ, ਲੱਖਾਂ ਚ ਇੱਕ ਸਿੱਖ ਸਾਡਾ ਖੜਾ ਹੋਇਆ, ਬਿਨਾਂ ਦੱਸਣ ਤੋਂ ਪਤਾ ਲੱਗੇਗਾ ਕਲਗੀ ਘਰ ਦਾ ਪੁੱਤਰ ਹੈ। ਉਹ ਖਾਲਸਾ ਜੀ ਸਮਾਂ ਆਇਆ 1756 ਵਿਕਰਮੀ, 1699 ਈਸਵੀ ਵਿਸਾਖੀ ਦਾ ਦਿਨ, ਬਹੁਤ ਵੱਡਾ ਇਕੱਠ ਕੀਤਾ, ਆਕਾਸ਼ ਵਿੱਚ ਸ੍ਰੀ ਸਾਹਿਬ ਖਿੱਚ ਲਈ, ਗਾਤਰੇ ਵਾਲੀ ਸੀਟ ਖਿੱਚੀ ਨਾ, ਕੰਘੇ ਵਾਲੀ ਹੁੰਦੀ ਦੇ ਕੱਲ ਚੋਂ ਖਿੱਚਣੀ ਸੀ, ਗਾਤਰੇ ਵਾਲੀ ਸ੍ਰੀ ਸਾਹਿਬ ਖਿੱਚ ਲਈ, ਖਿੱਚ ਕੇ ਤਲਵਾਰ ਨਾਲ ਕਿਹਾ ਕਿ ਖਾਲਸਾ ਜੀ ਸਾਨੂੰ ਇੱਕ ਸਿਰ ਦੀ ਲੋੜ ਹੈ, ਇਹ ਨੀ ਕਿਹਾ ਕਿਸੇ ਬੀਬੀ ਦੇ ਸਿਰ ਦੀ ਲੋੜ ਹੈ, ਕਿਸੇ ਮਰਦ ਦੇ ਸਿਰ ਦੀ ਲੋੜ ਹੈ, ਜਾਂ ਕਿਹੜੀ ਕੌਮ ਦੇ ਸਿਰ ਦੀ ਲੋੜ ਹੈ, ਕਿਹੜੀ ਪਾਰਟੀ ਦੇ, ਨਹੀਂ ਇੱਕ ਸਿਰ ਦੀ ਲੋੜ ਹੈ। ਸਿਰ ਦਿੱਤਾ ਭਾਈ ਦਇਆ ਸਿੰਘ ਜੀ ਨੇ, ਦਇਆ ਰਾਮ ਸੀ ਪਹਿਲਾਂ ਭਾਵੇਂ ਨਾ, ਅੰਮ੍ਰਿਤ ਛੱਕ ਕੇ ਦਇਆ ਸਿੰਘ ਬਣ ਗਏ, ਤੰਬੂ ਵਿੱਚ ਲੈ ਗਏ, ਪਰਿਵਾਰ ਨਾਲ ਝਟਕਾ ਦਿੱਤਾ, ਸੀਸ ਜੁਦਾ ਕਰ ਦਿੱਤਾ ਧਰ ਤੋਂ। ਮੈਂ ਆਪਣੇ ਲਿਖਾਰੀ ਭਾਈਆਂ ਨੂੰ ਤੇ ਤੁਹਾਡੀ ਭਾਈਆਂ ਨੂੰ ਜ਼ਰੂਰ ਕਹਾਂਗਾ, ਕਈ ਵਾਰੀ ਕਹਿੰਦੇ ਬੱਕਰੇ ਵੱਡੇ ਹੈ, ਕਿਸੇ ਇਤਿਹਾਸ ਵਿੱਚ ਬੱਕਰੇ ਦੀ ਕੀਮਤ ਕੋਈ ਦੱਸ ਸਕਦਾ ਵੀ ਕਿੰਨੇ ਰੁਪਈਆ ਲਿਆਉਂਦਾ ਸੀ ਇੱਕ ਬੱਕਰਾ,
कोई दस सकता देने वाला कौन सी, लिजाने वाला कौन सी, केड़ी मंडी तो खरीदने उन्हें होलिया की सी। कोई ना झूठ बोली जाने सिख होके जिहदा गुरु पखंडी है, जिसका गुरु फरेबी है, ओला पुत करे सरहद की कानी खड़ो के नहीं कह सकता सिर जावे तो जावे मेरा सिखी सिख ना जावे कह दू। मैं अफसोस ना कहना पैंदा, मैं गुस्से नाल तो नहीं कहता अफसोस ना कहूंगा क्योंकि छोटे है पिछो कई बार कह भी देंगे भी तू क्यों सानू झिड़किया। तो बुलारा के प्रेमी भाईओ के विद्यार्थियों खास करके तो मैं जरूर कहूंगा अज हिंदुस्तान का बापू साढ़े मीत प्रधान ने बोलिया तो बापू बामने होगा साडा बापू तो गुरु ग्रंथ साहब जी है। साचा सतगुर छड़ के मनमुख होए बंदे का बंदा नहीं मानना सिख ने, जिन्हों लोगों ने राष्ट्रीय बापू कह दिता लालचियों ने राष्ट्रीय बापू पखंडी के चरखे न हिंदुस्तान जा रहे हैं, फांसी से भगत सिंह लटके हैं, अडवैर न मारन वास्ते ऊधम सिंह पहुंचे हैं, वो छे गोली के वकील भी लगा के आजादी मिली गए चरखे दिन फटियों न मिली है, तोपरा गोला वजिया फटी उठी सेम बार्डर तो दिल्लियों उदे खड़ोंदी नहीं उथे मशहरे मारे तो दौड़े मारे तो गात्रा कृपाने से सिंह ना मारे शहीद तलते रखने वाले लड़न तो राष्ट्रीय बापू इन्हों का गांधी रखी बनना होगा। कुछ अकल तो कम लिया करो बोलन लगे सतगुरु गोबिंद सिंह साहब सच्चे पातशाह जी ने जिस वे खालसा शीस धर्म वाहगुरू घर तो जुड़ा करके अमृत के बाटे को जाके जूनती पैदा की एकता पैदा की कंची के पछना दुग्धा दे सिरका प्रस्ती के प्रतीक है कृपान एकता की प्रतीक है ना जानो जी तो अज भी तीरों का चलता है इस तरह तुम डरते हो जिस कृपान पाने को इको एक कृपान श्री साहब है जो सारे ने पिछा बिठाने वाली है कर पछने से कंची मूह सिर मुन दिए हिंदू बन जाता है लवा कट के सुन कर दिया मुसलमान बन जाता है ते कृपान और सिर वध के अमृत के बाटे कोले लै जाए ते गुरु का मालक बन जाता। महाराज कहते हैं रहनी रह सोई सिख मेरा ओह साहेब मैं उसका चेहरा। ये कृपान ना मिलेगा कैंची पछने ना मिलेगा सी सतगुरु गरीब लोग सच्चे पातशाह जी बाणी रच रहे हैं ब्राह्मण आ गया ब्राह्मण आके कई गया कई गया जी तुम पंडितों चो हो तुम हिंदुआ चो हो तुम ब्राह्मणा चो हो। महाराज कहेंगे जा गुरमुखा तू जरा कुछ कहने कह लगे तुरदा हो इतों हटिया ही ना। महाराज कहेंगे छत्री को पूत हो ब्राह्मण को ना ही। मैं छत्री का पुत्र हूं मैं किसी ब्राह्मण ब्रूमण का पुत्र नहीं और दसवें पातशाह में ज्यादा छिंदे बोलने रहे हो दसवें पातशाह मंगार के कर मैं छत्री का पुत नहीं। एक अखबार एक मैगजीन एक इश्तहार एक रेडियो से टेलीविजन विखाओ जिसे सिख हिंदू एकता करे बोलिया गया हो दिन रात तुहाडा रटन लगा हिंदू सिख एकता हिंदू सिख एकता। वह कहता पूरा टोली होना फड़े ने जड़ी ये हिंदू सिख एकता दशमेश पिता के पुत्र हैं टकसाल की गल चली सी मैं किसी का किंतु तुरंत नहीं करता मेरे मन च सत्कार सिखी धर्म वास्ते सिखी धर्म से चलने वाले सारे वास्ते। मैं भाई साहब नूं बेनती करांगा कि शाम का सुभाष छड़ दिओ लौंगोवाल का मैं सत्कार करता रहा तो है जिन्ना कु गुरु रखाउंदा मेरा किसी से कोई जाति तौर से विरोध नहीं पर जो मैं पप्पू साहब नूं पुछ लवा पप्पू साहब जी नूं टकसाल बारे गल उन्हां कोले कर लिया करो जो टकसाली कोले ना वेखे हो मैं टकसाली हूं। संत हरचंद सिंह जी ठीक है लौंगोवाल जमे हैं उतों के लोगों मुताबक भागा वाली धरती है उस धरती से मेरा करोड़ा देर नहीं सुहास सुहास मत्था चुकता। बाबा दीप सिंह जी टकसाल से मैं चौड़ने थां से है पर मेरी करनी बाबा दीप सिंह वाली नहीं करनी मेरी ढीठा वाली है वो संगत बख्श लो।
ਬਾਬਾ ਮਨੀ ਸਿੰਘ ਦੀ ਟਕਸਾਲ ਦੇ ਮੋਢੀ ਆ ਇਸ ਵੇਲੇ ਬਾਬਾ ਕਰਤਾਰ ਸਿੰਘ ਜੀ ਸੱਤਾਂ ਦੀ ਗਲੀ ਵਾਲੇ ਸਰਦਾਰ ਜੀ ਬਾਬਾ ਮਨੀ ਸਿੰਘ ਸਾਹਿਬ ਦੀ ਟਕਸਾਲ ਜਿਹੜੀ ਪੀੜ੍ਹੀ ਦਰ ਪੀੜ੍ਹੀ ਚੱਲ ਰਹੀ ਨਾ ਅੰਮ੍ਰਿਤਸਰ ਤੋਂ ਉਹਦੀ ਟਕਸਾਲ ਦੇ ਮੋਢੀ ਬਾਬਾ ਅਮੀਰ ਸਿੰਘ ਤੋਂ ਪਿੱਛੋਂ ਬਾਬਾ ਕਰਤਾਰ ਸਿੰਘ ਜੀ ਸੱਤਾਂ ਦੀ ਗਲੀ ਵਾਲੇ ਤੇ ਬਾਬਾ ਦੀਪ ਸਿੰਘ ਦੀ ਟਕਸਾਲ ਇਹ ਤੁਹਾਡੇ ਕੋਲ ਬੈਠੀ ਹੈ ਚੱਲ ਰਹੀ ਹੈ ਕੋਈ ਸ਼ਾਮ ਦੀ ਵੀ ਕੋਈ ਹੱਦ ਹੁੰਦੀ ਹੈ ਅੱਜ ਇੰਨਾ ਨੌਜਵਾਨ ਵਰਗ ਬੈਠਾ ਮੈਨੂੰ ਕਿਸੇ ਹੋਰ ਨਾਲ ਜੋੜਦੇ ਹੋ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਜੀ ਨੂੰ ਕਿਸੇ ਹੋਰ ਨਾਲ ਜੋੜਦੇ ਹੋ ਕਿ ਜਿਹੜੇ ਨੇ ਦੋਹਾਂ ਟਕਸਾਲਾਂ ਦੇ ਸੇਵਾਦਾਰ ਮੌਕੇ ਤੇ ਹੋਣ ਉਹਨੂੰ ਕਿਹਦੇ ਨਾਲ ਜੋੜੋਗੇ ਉਹਨੂੰ ਕਿਹਦੇ ਨਾਲ ਜੋੜੋਗੇ ਧਰਮ ਯੁੱਧ ਮੋਰਚਾ ਚੱਲ ਰਿਹਾ ਕੋਈ ਸੰਪਰਦਾ ਹੈ ਕੋਈ ਜਥੇਬੰਦੀ ਹੈ ਚਾਹੇ ਨਿਹੰਗ ਸਿੰਘ ਹਨ ਚਾਹੇ ਕਾਰ ਸੇਵਾ ਵਾਲੇ ਹਨ ਚਾਹੇ ਕਥਾ ਵਾਲੇ ਹਨ ਚਾਹੇ ਕੀਰਤਨ ਵਾਲੇ ਹਨ ਤੇ ਚਾਹੇ ਚਟੂੰਬੀਆਂ ਫੜ ਕੇ ਪਿੰਡਾਂ ਚੋਂ ਮੰਗ ਕੇ ਖਾਣ ਵਾਲੇ ਹਨ ਇਸ ਵੇਲੇ ਧਰਮ ਯੁੱਧ ਮੋਰਚੇ ਦੇ ਵਿੱਚ ਤੇ ਇਹਦੀ ਸੰਪੂਰਨਤਾ ਵਾਸਤੇ ਆਨੰਦਪੁਰ ਮੱਤੇ ਤੇ ਚੱਲਦੇ ਹੋਏ ਆਨੰਦਪੁਰ ਦੀ ਧਾਰਨਾ ਦੇ ਅਧੀਨ ਇੱਕ ਸਿੱਖ ਦਾ ਬੱਚਾ ਇੰਦਰਾ ਦੇ ਪੈਰੋਕਾਰਾਂ ਨੂੰ ਛੱਡ ਕੇ ਮਰਨ ਨੂੰ ਤਿਆਰ ਹੈ ਪਰ ਕਿਹੜੀਆਂ ਨਿੱਕੀਆਂ ਜਿਹੀਆਂ ਗੱਲਾਂ ਕਰਨਾ ਸਿੱਖ ਸਿੱਖੀ ਦਾ ਅਸੂਲ ਹੈ ਖਾਲਸਾ ਦੀ ਬੇਨਤੀ ਕਰਾਂਗਾ ਕਿਹਾ ਜਾਂਦਾ ਹੁਣੇ ਮੈਂ ਸੁਣਿਆ ਸੀ ਫੈਡਰੇਸ਼ਨ ਅਕਾਲੀ ਦਲ ਤੇ ਢਿੰਡਰਾਂ ਵਾਲਿਆਂ ਦਾ ਨਾਂ ਆਉਂਦਾ ਸੀ ਟੈਲੀਵਿਜ਼ਨ ਤੇ ਉਹ BBC ਲੰਡਨ ਸ਼ਹਿਰ ਕਹਿੰਦੇ ਕਿ ਉੱਥੋਂ ਆਉਂਦਾ ਸੀ ਹੁਣ ਵੀ ਆਉਂਦਾ ਤੇ ਆਉਂਦਾ ਰਹੇਗਾ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਉੱਪਰੋਂ ਬੁੱਕਲ ਮਾਰ ਕੇ ਬਹਿ ਜਾਈਏ ਅੰਦਰੋਂ ਛੁਰੀ ਵਜਾਈਏ ਗੁਰੂ ਕੀ ਬਾਣੀ ਦਾ ਫੈਸਲਾ ਹੈ ਜਨਮਨ ਹੋਰ ਮੁੱਖ ਹੋਰ ਤੇ ਕਾਂਡੇ ਕੱਚੇ ਗੁਰੂ ਕੀ ਬਾਣੀ ਦਾ ਫੈਸਲਾ ਮੇਰਾ ਨਹੀਂ 18 ਮਹੀਨੇ ਤੋਂ ਪ੍ਰੋਜਾ ਮੋਰਚਾ ਲੱਗੇ ਨੂੰ ਇੱਕ ਸਿੱਖ ਤੁਹਾਡੇ ਵਿੱਚੋਂ ਉੱਠ ਕੇ ਮੈਨੂੰ ਚੈਲੰਜ ਕਰ ਸਕਦੇ ਹੋ ਤੁਹਾਨੂੰ ਅਧਿਕਾਰ ਹੈ ਮੈਂ ਤੁਹਾਡਾ ਚੌਂਕੀਦਾਰ ਹਾਂ ਮੈਂ ਤੁਹਾਡਾ ਸੰਤ ਨਹੀਂ ਮੈਂ ਤੁਹਾਡਾ ਲੀਡਰ ਨਹੀਂ ਤੁਹਾਡੇ ਦਰ ਦਾ ਕੁੱਤਾ ਹਾਂ ਗੁਰੂ ਕੀ ਸੰਗਤ ਦੇ ਦਰ ਦਾ ਕੂਕਰ ਹਾਂ ਇੱਕ ਬੰਦਾ ਉੱਠ ਕੇ ਕਹੋ 18 ਮਹੀਨਿਆਂ ਵਿੱਚ ਥੱਲੇ ਵਾਲੇ ਚੌਂਕੀਦਾਰ ਤੋਂ ਲੈ ਕੇ ਉੱਪਰ ਡਿਕਟੇਟਰ ਤੱਕ ਇੱਕ ਵੀ ਅਖਬਾਰ ਵਿੱਚ ਕਰੇ ਮੇਰੇ ਮੂੰਹ ਤੋਂ ਕਿਸੇ ਵਿਰੁੱਧ ਖਬਰ ਸੁਣੀ ਹੈ ਕਰੇ ਮੇਰੇ ਮੂੰਹ ਤੋਂ ਕਿਸੇ ਲੀਡਰ ਦੇ ਕਿਸੇ ਵਰਕਰ ਦੇ ਕਿਸੇ ਮੈਂਬਰ ਦੇ ਵਿਰੁੱਧ ਕਰੇ ਕਿਸੇ ਨੇ ਆਵਾਜ਼ ਸੁਣੀ ਤੇ ਉੱਠ ਕੇ ਕਹੋ ਟੇਪ ਰਿਕਾਰਡ ਦੇ ਦਿਓ ਅਖਬਾਰ ਦੇ ਦਿਓ ਇਸ਼ਤਿਹਾਰ ਦੇ ਦਿਓ 18 ਮਹੀਨਿਆਂ ਵਿੱਚ ਇੱਕ ਖਬਰ ਵੀ ਮੇਰੇ ਵੱਲੋਂ ਕਿਸੇ ਦੇ ਵਿਰੁੱਧ ਸਿੱਖਾਂ ਨੂੰ ਮੁੱਖ ਰੱਖ ਕੇ ਕਹਿ ਰਹੇ ਕਿਸੇ ਲਾਲੇ ਦੇ ਵਿਰੁੱਧ ਨੇ ਕਹਿ ਰਿਹਾ ਤਾਂ ਮੈਂ ਦੇਣੀ ਹੈ ਕਿਸੇ ਸਿੱਖ ਦੇ ਵਿਰੁੱਧ ਕਹੋ ਮੈਂ ਆਵਾਜ਼ ਉਠਾਈ ਹੈ ਸਿੱਖੀ ਦੇ ਵਿਰੋਧੀਆਂ ਦੇ ਵਿਰੁੱਧ ਆਵਾਜ਼ ਜ਼ਰੂਰ ਉਠਾਈ ਹੈ ਤੇ ਸਵਾਦ ਪਛਾਣ ਨੂੰ ਦਾ ਗੱਲਾਂ ਪਿੰਡਾਂ ਟਕਸਾਲ ਨਾਲ ਤੇ ਚਮਚਾ ਜੀ ਰਹੀਆਂ ਮੈਂ ਬੇਨਤੀ ਕਰਾਂਗਾ ਤੁਸੀਂ ਅਖਬਾਰਾਂ ਚ ਪੜ੍ਹਿਆ ਤੇ ਭਿੰਡਰਾਂ ਵਾਲਾ ਕਾਂਗਰਸ ਦਾ ਏਜੰਟ ਹੈ ਪੜ੍ਹਿਆ ਨਾ ਅਖਬਾਰਾਂ ਚ ਹੁਣ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਵੀ ਮੈਨੂੰ ਗੁਰੂ ਨੇ ਕਿੱਥੇ ਘਲਿਆ ਰਿਹਾ ਤੇ ਤੁਸੀਂ ਸਮਝ ਲਓ ਤੁਹਾਡੀ ਆਪਣੀ ਮਰਜ਼ੀ ਹੈ ਮੇਰਾ ਕੰਮ ਕੀ ਹੈ ਅੰਮ੍ਰਿਤ ਛਕਾਉਣਾ ਕਥਾ ਕਰਨੀ ਤੇ ਕਿਸੇ ਵਰਗ ਦਾ ਕੋਈ ਵੀ ਆ ਜਾਵੇ ਉਹਦੇ ਦਾੜੀ ਕੇਸ ਰਖਾਉਣੇ ਤੇ ਉਹਦੇ ਨਸ਼ੇ ਛਡਾਉਣੇ ਤੇ ਸਿੰਘ ਨਾਮ ਵਾਲੇ ਨੂੰ ਅਮਰ ਛਕਾ ਕੇ ਤੇ ਮੋਟਰਸਾਈਕਲ ਲੈ ਕੇ ਨਾਲ ਰਵਾਲਵਾਰ ਇੱਕ ਕੋਲੇ ਇੱਕ ਤੇ ਤਿੰਨਾਂ ਸਵਾਰਾਂ ਕੋਲੇ ਤਿੰਨ ਤੇ ਜਿਨ੍ਹਾਂ ਨੇ ਬਹੁ ਬੇਟੀਆਂ ਧੀਆਂ ਭੈਣ ਦੀ ਇੱਜ਼ਤ ਲੁੱਟੀ ਹੈ ਮਾਸੂਮਾਂ ਦਾ ਖੂਨ ਪੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗਾਂ ਲਾਈਆਂ ਉਹਨਾਂ ਨੂੰ ਜਿਹੜਾ ਗੱਡੀ ਚੜਾਵੇਗਾ ਉਹਨੂੰ ਮੈਂ ਸਾਂਭਾਂਗਾ ਇਹ ਮੇਰਾ ਪ੍ਰੋਗਰਾਮ ਹੈ ਹੁਣ ਤੁਸੀਂ ਦੱਸ ਦਿਓ ਵੀ ਸਿੰਘ ਕਿਵੇਂ ਠਹਿਰ ਦਿਓ ਜਕਾਰਤ ਨੂੰ ਬਹੁਤਾ ਪਵੋ ਇਹਦੇ ਚ ਹੁਣ ਤੁਸੀਂ ਦੱਸੋ ਕਿ ਮੈਂ ਇਸ ਗੱਲ ਵਿੱਚ ਪੰਥ ਦੀ ਵਿਰੋਧ ਤਾਂ ਕਰਨਾ ਕਿ ਪੰਥ ਦੀ ਹਮਾਇਤ ਫੈਸਲਾ ਤੁਸੀਂ ਜਾਣ ਲੱਗੇ ਕਰ ਦਿਓ ਮੇਰਾ ਕੰਮ ਹੈ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੀਆਂ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਤੇ ਪੰਥ ਦੀ ਹਮਾਇਤ ਕਰਨੀ ਹੈ ਪੰਥ ਦੀ ਹਮਾਇਤ ਕਿਵੇਂ ਕਰਨੀ ਹੈ ਨੰਗੇ
ਧੜ ਵਾਜਦੇ ਵਾਜੀ ਬੁਲੰਦ ਆਵਾਜ਼ ਨਾਲ ਇਹ ਨਹੀਂ ਕਿ ਜੇ ਮੈਂ ਜਾ ਕੇ ਡਿਕਟੇਟਰ ਨੂੰ ਮਿਲਿਆ ਤੇ ਇੰਦਰਾ ਕੋਲ ਰੁੱਸ ਜੂ ਜੇ ਮੈਂ ਇੰਦਰਾ ਨੂੰ ਮਿਲਿਆ ਤੇ ਡਿਕਟੇਟਰ ਰੁੱਸ ਜੂ ਜੇ ਮੈਂ ਡਿਕਟੇਟਰ ਨੂੰ ਮਿਲਿਆ ਤੇ ਪਿੰਡਰਾ ਵਾਲਾ ਰੁੱਸ ਜੂ ਘੁੰਡੀਆਂ ਕੱਢ ਕੇ ਇਹ ਹਮਾਇਤ ਨਹੀਂ ਗੀ ਇਹ ਪੜਦਾ ਘੁੰਡ ਚੁੱਕ ਕੇ ਹਮਾਇਤ ਕਰਨੀ ਪੰਥ ਦੀ ਪਰ ਇਹਦੇ ਵਿੱਚ ਇੱਕ ਗੱਲ ਚੇਤੇ ਜ਼ਰੂਰੀ ਰੱਖਣੀ ਹੈ ਉਹ ਕੀ ਹੈ ਕਿ ਸ੍ਰੀ ਨਿਸ਼ਾਨ ਸਾਹਿਬ ਦਾ ਨਾਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਪਾ ਕੇ ਪੰਥ ਦੇ ਨਾਂ ਦੀ ਡੁਬਡੁਬੀ ਖੜਕਾ ਕੇ ਸ਼ਹੀਦਾਂ ਦਾ ਖੂਨ ਪੀ ਕੇ 1978 ਦੇ 10 ਜੂਨ ਨੂੰ ਨਿਕਲਿਆ ਹੁਕਮਨਾਮਾ ਉਹਦੀ ਉਲੰਘਣਾ ਕਰਕੇ ਤੇ ਸ਼ਹੀਦ ਵਾਹਿਗੁਰੂ ਨਰਕ ਧਾਰੀਆਂ ਨੂੰ ਬਾਪੂ ਕਹਿ ਕੇ ਉਹਨਾਂ ਤੋਂ ਵੋਟਾਂ ਲੈ ਕੇ ਕੁਰਸੀ ਨੂੰ ਕਾਇਮ ਰੱਖਣ ਦਾ ਜਿਹੜਾ ਇੱਛਕ ਹੈ ਜਾਂ ਜਿਹਨਾਂ ਕੁਰਸੀ ਕਾਇਮ ਰੱਖੀ ਸ਼ਹੀਦਾਂ ਦੇ ਖੂਨ ਉੱਪਰ ਦੀ ਲੰਘ ਕੇ ਉਹਨਾਂ ਤੋਂ ਤੁਸਾਂ ਬਚ ਕੇ ਰਹਿਣਾ ਜੇ ਤਾਂ ਮੈਂ ਨਰਕ ਧਾਰੀਆਂ ਦੇ ਘਰੇ ਗਿਆ ਤੇ ਮੇਰੇ ਕੋਲ ਦੁਬਾਰਾ ਕੋਈ ਨਾ ਜੇ ਆਇਓ ਤੇ ਜੇ ਮੈਂ ਤੁਹਾਡੇ ਜੋੜੇ ਝਾੜੇ ਤੇ ਆਪਣਾ ਖੂਨ ਦਿੱਤਾ ਤੇ ਫਿਰ ਭਾਵੇਂ ਦਿਨੇ ਰਾਤ ਆ ਜਾਓ ਫੈਸਲਾ ਤੁਸੀਂ ਕਰਨਾ ਮੈਂ ਨੀ ਕਹਿੰਦਾ ਮੈਂ ਕੁਝ ਕੀਤਾ ਜੇ ਕਾਂਗਰਸ ਦਾ ਪ੍ਰਚਾਰ ਹੈ ਤੇ ਮੈਂ ਕੱਟੜ ਕਾਂਗਰਸੀ ਹਾਂ ਜੇ ਪ੍ਰਚਾਰ ਜਨਸੰਘੀਆਂ ਦਾ ਤੇ ਮੈਂ ਜਨਸੰਘੀ ਹਾਂ ਜੇ ਪ੍ਰਚਾਰ ਪੰਥ ਦਾ ਤੇ ਮੈਂ ਪੰਥਕ ਹੈ ਜੇ ਪ੍ਰਚਾਰ ਅਕਾਲੀਆਂ ਦਾ ਅੱਖਰ ਬੜੇ ਹੋਰੂ ਜਿਹਾ ਜੇ ਪ੍ਰਚਾਰ ਅਕਾਲੀਆਂ ਦਾ ਅਕਾਲੀ ਇੱਕ ਅਕਾਲੀ ਇੱਕ ਅਕਾਲੀ ਅਕਾਲੀ ਉਹ ਹੈ ਜਿਹੜਾ ਇੱਥੇ ਮੱਥਾ ਟੇਕਦਾ ਤੇ ਅਕਾਲੀ ਉਹ ਹੈ ਜਿਹੜਾ ਇੱਥੇ ਵੀ ਟੇਕ ਦਿੰਦਾ ਜਾ ਕੇ ਵੈਸ਼ਨੋ ਦੇਵੀ ਨੂੰ ਵੀ ਮਾਰ ਕੇ ਮੱਥਾ ਟੇਕਦਾ ਜਿਹੜਾ ਮੈਂ ਪ੍ਰਚਾਰ ਕੀਤਾ ਇਹ ਪ੍ਰਚਾਰ ਕਰਨ ਵਾਲੇ ਨੂੰ ਜੋ ਫਤਵਾ ਤੁਸੀਂ ਗੁਰੂ ਕੀ ਸੰਗਤ ਦੇਵੋਗੇ ਮੈਂ ਆਪਣੇ ਦਿਲ ਵਿੱਚ ਉਹਨੂੰ ਵਸਾਵਾਂਗਾ ਸਵੀਕਾਰ ਕਰਾਂਗਾ ਪਰ ਕੰਮ ਮੈਂ ਇਹੀ ਛੱਡਾਂਗਾ ਜਿਹੜਾ ਕਿਹਾ ਕਿਉਂ ਤੁਸੀਂ ਦੱਸੋ ਕਾਂਗਰਸ ਨੂੰ ਜੇ ਟੈਲੀਵਿਜ਼ਨ ਤੋਂ ਨਾ ਕਰਾਇਆ ਤਾਂ ਕਿਹਨੇ ਕਰਾਇਆ ਮੈਂ ਬੰਦ ਕਰਵਾਇਆ ਮੇਰੇ ਨਾਲ ਦੇ ਸਿੰਘ ਜਿਹੜੇ ਜੱਥੇ ਪਿੱਛੇ ਰਹਿੰਦੇ ਉਹਨਾਂ ਦੀ ਗੱਲ ਕਰਦੇ ਹੋਏ ਕਿ ਖਨਸਾਨ ਦੂਰ ਸਮਝਦਾ ਮੇਰੇ ਨਾਲ ਸਿੰਘ ਜਿਹੜੇ ਹਨ ਜਾਂ ਪਿੰਡਾਂ ਵਿੱਚੋਂ ਜੋ ਤੁਸੀਂ ਗੁਰੂ ਕੇ ਸਿੱਖ ਆਏ ਹੋ ਕਿਸੇ ਸਿੰਘ ਨਾਂ ਵਾਲੇ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਤੇ ਪੰਥ ਤੇ ਅਕਾਲੀ ਦਲ ਨੂੰ ਤੁਰਦਾ ਕਿਸੇ ਦਾ ਲਾਇਸੈਂਸ ਛੱਡਿਆ ਗਵਰਨਮੈਂਟ ਨੇ ਕੈਂਸਲ ਨਹੀਂ ਕੀਤਾ ਹੋ ਸਕਦਾ ਤੁਹਾਡੇ ਚੋਂ ਕਿਲੇ ਛੱਡੇ ਹੋਣ ਮੇਰੇ ਨਾਲ ਦੇ ਸਿੰਘਾਂ ਨੇ ਇੱਕ ਲਾਇਸੈਂਸ ਵੀ ਜੇ ਗੌਰਮੈਂਟ ਨੇ ਰਹਿਣ ਦਿੱਤਾ ਤੇ ਗੱਲ ਕਰੋ ਮੇਰਾ ਲਾਇਸੈਂਸ ਕੈਂਸਲ ਹੈ ਤੇ ਰਾਜ ਕਾਂਗਰਸ ਦਾ ਤੇ ਮੈਨੂੰ ਅਖਬਾਰਾਂ ਚ ਅਕਾਲੀਆਂ ਦੇ ਕੁਝ ਵਰਕਰਾਂ ਵੱਲੋਂ ਸਾਰੇ ਵੱਲੋਂ ਨਹੀਂ ਕਿਹਾ ਜਾ ਰਿਹਾ ਹੈ ਕਿ ਭਿੰਡਰਾਂ ਵਾਲਾ ਕਾਂਗਰਸ ਦਾ ਏਜੰਟ ਹੈ ਤਾਲਬ ਸਿੰਘ ਸੰਧੂ ਜ਼ਿਲ੍ਹਾ ਲੁਧਿਆਣਾ ਅਕਾਲੀ ਦਲ ਦਾ ਪ੍ਰਧਾਨ ਹਰੀ ਸਿੰਘ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦਾ ਅਕਾਲੀ ਦਲ ਦਾ ਪ੍ਰਧਾਨ ਜ਼ਿਲ੍ਹੇ ਦਾ ਸੁੱਚਾ ਸਿੰਘ ਛੋਟੇਪੁਰ ਗੁਰਦਾਸਪੁਰ ਦਾ ਤੇ ਨਰੇਵ ਕੌਰ ਬਾਰੇ ਮੈਨੂੰ ਕਹਿਣਾ ਨਹੀਂ ਸੀ ਚਾਹੀਦਾ ਤੁਸੀਂ ਜਾਣਦੇ ਹੈ ਇੱਕ ਬਠਿੰਡੇ ਕੋਲ ਕੋਈ ਸੰਤਸਵੰਤ ਸਿੰਘ ਕੀ ਉਹਦਾ ਨਾਂ ਹੈ ਇਹਨਾਂ ਬੰਦਿਆਂ ਨੇ ਕਿਹਾ ਹੈ ਕਿ ਭਿੰਡਰਾਂ ਵਾਲਾ ਕਾਂਗਰਸ ਦਾ ਏਜੰਟ ਤੇ ਪੰਥ ਦਾ ਗਦਾਰ ਹੈ 6 ਸਤੰਬਰ ਦੀ ਅਜੀਤ ਪੜ ਜਾ ਕੱਢ ਕੇ ਅਖਬਾਰਾਂ ਚੋਂ ਹੁਣ ਤੁਸੀਂ ਸੋਚਣਾ ਵੀ ਮੈਂ ਕੀ ਹੈ ਮੇਰੇ ਲਾਇਸੈਂਸ ਕੈਂਸਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਦੇ ਲਾਇਸੈਂਸ ਬਣੇ ਨੇ ਮੇਰੇ ਲਾਇਸੈਂਸ ਕੈਂਸਲ ਤੇ ਗੁਰਬਚਨ ਦੇ ਭਰਾ ਉਮਰਾਨਗਰ ਦੇ ਬਣੇ ਹੈ 8 ਸਾਲਾਂ ਵਿੱਚ ਕਿਸੇ ਹਿੰਦੁਸਤਾਨ ਦੇ ਸਿੱਖ ਨੇ ਦਾਸ ਨੂੰ ਮੈਨੂੰ ਕਿਸੇ ਕਾਂਗਰਸੀ MLA ਦੇ ਘਰੋਂ ਕਿਸੇ ਅਕਾਲੀ MLA ਦੇ ਘਰੋਂ ਕਿਸੇ ਕਾਮਰੇਡ MLA ਦੇ ਘਰੋਂ ਇੱਕ ਪਾਣੀ ਦੀ ਫਿੱਕੀ ਘੁੱਟ ਪੀਂਦਿਆਂ ਵੀ ਕਿਸੇ ਨੇ ਵੇਖਿਆ ਕਿ ਉੱਠ ਕੇ ਕਹੋ ਮੈਂ ਸਾਰਾ ਭੁਗਤਦਾ 8 ਸਾਲਾਂ ਚ ਇੱਕ ਅੱਧੇ ਦਿਨ ਦੀ ਮੈਂ ਗੱਲ ਨਹੀਂ ਕਰਦਾ ਗਾਂ ਨੂੰ ਮੈਨੂੰ ਕਿਸੇ ਵਜ਼ੀਰ ਦੇ ਘਰੇ ਪਾਣੀ ਪੀਂਦਾ ਫਾਇਦਾ ਤਾਂ ਵੀ ਜੋ ਮਰਜ਼ੀ ਕਰ ਲਿਓ ਤੇ ਸਾਡੇ ਭਾਈ 36 ਦੇ 36 MLA 2 ਬੱਸਾਂ ਸੜਨੀਆਂ ਸਰੂਪ ਨੂੰ ਅੱਗ ਲੱਗਣੀ 18 ਸਿੰਘ ਮਿੱਤਰ ਸ਼ਹੀਦ ਹੋ ਜਾਣੇ 25 ਦਿਨ ਮੈਂ ਜੇਲ੍ਹ ਚ ਜਾਵਾਂਗਾ ਵਿਦਿਆਰਥੀ ਪੁੱਠੇ ਟੰਗੇ ਜਾਣੇ ਇਹਦੀਆਂ ਭਾਈ ਦੀਆਂ ਲੱਤਾਂ ਟੁੱਟ ਗਈਆਂ ਹਰਮਿੰਦਰ ਸਿੰਘ ਖਾਲਸੇ ਦੀਆਂ ਕੁੱਕੂ ਦੀਆਂ ਇਹ ਵਿਚਾਰਾ ਦੁੱਖ ਭੋਗ ਰਿਹਾ ਪਟਿਆਲੇ ਜੇਲ੍ਹ ਵਿੱਚ
हथकड़ियां लगियां लत्त टुटन के बावजूद इना कुछ होने तो पिछों कि अपना एक एमएलए बचा जी ने दरबारी ने घरे रोटी नहीं खाधी कोई है जवाब तो दे दो। कलवंत सिंह नागोकिया वाला मेरा मित्र से तनी यार से भरा सिखी के तौर पर कुंगल वर्गिया मोटिया सुराखा लोहे दिया गर्म करके पेट भी कड़िया मथे मथा साड़िया एक एक पोता करके तोड़िया लत सदी भन दिती दास ने हथी वाला स्नान करवाया आस्ती के टाइम से काढ़ा साहब भी पहुंचे थी जो सत्कार करवाया संत बाल सी इन्हों नू को के मारिया एस एस पी बैंस सुरजीत सिंह जेड़ा आप संगरूर लगा है तो की तुहाडा गुम जी चाह पी के नहीं गया फैसला करो तो कितों सिख लिया चलासियां मेरे को सो बेनती करूंगा तुहानू किसी का प्रापे डंडा सुन के किसी दियां गल्लां सुन के आप जथे बंद नहीं करने जथे लियाने है ये मोर्चा जेजू मैता वि रखी नहीं निश्चय करो अपनी जीत करो ते खड़ा हाँ भाई दलजीत सिंह तुहानू दस दिया जिस दिन दास ने अरदास की 19 जुलाई अमरीक सिंह की गिरफ्तारी तो गुरु कौर जी बोतल लगी सी मेरे डाक्टर ने कहा कि हिलना नहीं छोटे का मनजीत सिंह का टेलीफोन गया और केवल इना मैं सुनह मिलिया कि अमरीक सिंह फड़िया गया तो टेलीफोन कटिया गया सवेरे इनी बीमारी की हालत में उठ के मैं इतने पहुंचे आंदियां सलाह करके कुछ सज्जनों श्री अकाल तख्त साहब से जाके अरदास की दल पंजगढ़ सूरमा बरजोड़ा बाप परोपकारी सत्य पातशाह हे मीरी पीर के मालक गुरु हरगोबिंद साहब सत्य पातशाह जी जे तो मैं अपनी निजी शोहरत वास्ते मोर्चा लाने लगा तो मैनू सफलता ना प्राप्त होवे असफलता प्राप्त होवे ते जे मैं सिख कौम के सिखी स्वरूप वास्ते धर्म वास्ते मजलूम खड़े ना बह दो जिन्हें सुनना बह के सुनो जेड़ा कहा जाता है कि सिख धोखा कर रहे हैं